ਹੁਣ ਇਹਦੀਆਂ ਕੈਂਕਰਾਂ ਸਾਫ਼ ਕੀਤੀਆਂ ਜੀ। ਕੈਂਕਰ ਕੀ ਨਾਂ ਜੀ ਆਪਣਾ? ਜੋਤੀ ਬਾਲਾ। ਹਾਂਜੀ, ਕਿੱਥੋਂ ਦੇ ਰਹਿਣ ਵਾਲੇ ਹੋ? ਬਰਾਮਪੁਰ ਪਿੰਡ। ਕੀ ਗੱਲ ਕੀ ਹੋਈ ਆ? ਸਰ ਹੋਸਪਿਟਲ ਛੁੱਟੀ ਲੈ ਕੇ ਆਉਂਦੇ ਸੀ, 6 ਦਿਨ ਹੋਇਆ ਬੱਚਾ ਹੋਇਆ, ਇਹਨੂੰ ਲੜਾਓ ਬੱਸ ਵਾਲਾ ਪਿੱਛੋਂ ਦੀ ਆਣ ਕੇ ਨੰਗਣ ਲੱਗਾ, ਅੱਗੇ ਗੱਡੀ ਦਾ ਸ਼ੀਸ਼ਾ ਤੋੜਤਾ ਉਹਨੇ, ਵਿੱਚ ਬੱਚਾ ਬੈਠਾ, ਬੱਚੇ ਦੇ ਵੀ ਕੈਂਕਰਾਂ ਨਿਕਲੀਆਂ ਕਿੰਨੀਆਂ। ਕੀ ਮੰਗ ਕਰਦੇ ਪ੍ਰਸ਼ਾਸਨ? ਮੰਗ ਸਰ ਮੈਂ ਕਰਦੀ ਹਾਂ ਗੁੰਡਾਗਰਦੀ ਬੰਦ ਕੀਤੀ ਜਾਏ, ਇਨਸਾਫ਼ ਚਾਹੀਦਾ ਮੈਨੂੰ। ਕੀ ਐਕਸੀਡੈਂਟ ਹੋਇਆ ਤੁਹਾਨੂੰ? ਕੁਝ ਨਹੀਂ ਸਰ, ਅਸੀਂ ਹੋਸਪਿਟਲ ਤੋਂ ਆਉਂਦੇ ਜੀ, ਅਤੇ 6 ਦਿਨ ਦੀ ਬੱਚੀ ਹੋਈ ਹੈ ਜੀ ਮੇਰੀ, ਸਿਵਲ ਹੋਸਪਿਟਲ ਆਉਂਦੇ ਜੀ, ਛੁੱਟੀ ਮਿਲੀ ਹੈ ਜੀ, ਅਸੀਂ ਰਾਹ 'ਤੇ ਪਹੁੰਚੇ ਹਾਂ ਜੀ, ਅਤੇ ਬੱਸ ਵਾਲੇ ਨਾਲ ਮਾੜੀ ਜੀ ਸਾਈਡ ਮਾਰ ਕਰਨਗੇ ਜੀ, ਬੱਚੀ ਹੋਈ ਹੈ ਜੀ, 6 ਦਿਨ ਦੀ ਹੈ ਜੀ। ਅਤੇ ਸਰ ਮਾੜਾ ਜਿਹਾ ਬੱਸ ਵਾਲੇ ਨੇ ਸਾਈਡ ਮਾਰੀ ਆਈ, ਉਹਨੂੰ ਪੁੱਛਿਆ ਵੀ ਯਾਰ ਤੁਹਾਨੂੰ ਲੱਭਣ ਨਹੀਂ ਡਿਆ ਜੀ, ਅਤੇ ਸਰ ਉੱਤਰ ਕੇ ਉਹਨੇ ਪਤਾ ਨਹੀਂ ਮੁੰਡੇ ਸੱਦਿਆ, ਅਤੇ ਉਹ ਹੱਥੀ ਪੈ ਗਿਆ ਜੀ, ਗੱਡੀ ਦੇ ਸਾਰੇ ਚੀਜ਼ਾਂ ਤੁੜਤੇ ਜੀ। ਅਤੇ ਗੁੜੀਆ ਦੇ? ਗੁੜੀਆ ਦੇ ਸਾਰਾ ਦੇਖੋ ਜੀ, ਕੈਂਕਰਾਂ ਕੁੰਕਰਾਂ ਸਾਰਾ ਕੁਝ ਲੱਗਾ ਜੀ, ਗੁੜੀਆ ਆਈ ਸਰ, ਪੁਲਿਸ ਆਈ ਲੈ ਕੇ ਲੈ ਗਏ, 15-20 ਮਿੰਟ ਬਾਅਦ ਆਈ, ਬੰਦਾ ਭੱਜ ਗਿਆ ਜੀ। ਗੱਡੀ ਕਿੱਥੇ ਹੈ ਜੀ ਹੁਣ? ਸਾਡੀ ਗੱਡੀ ਉਹ ਸਾਈਡ 'ਤੇ, ਟ੍ਰੈਫਿਕ ਬੜੀ ਆ ਜੀ। ਸਰ ਇਨਸਾਫ਼ ਚਾਹੀਦਾ ਜੀ, ਗੱਡੀ ਲੈ ਕੇ ਭੱਜ ਗਿਆ ਬੰਦਾ। ਭਾਈ ਗੁਰਪ੍ਰੀਤ ਸਿੰਘ ਜੀ, ਕੀ ਗੱਲ ਹੋਈ ਹੈ ਸਰ? ਇੱਥੇ ਇਹ ਵਿਚਾਰੇ ਹੋਸਪਿਟਲ ਤੋਂ ਆਉਂਦੇ ਸੀਗੇ, ਮੇਰੇ ਖਿਆਲ ਨਾਲ ਇਹ ਬੱਚੇ ਨਾਲ ਲੈ ਕੇ, ਛੁੱਟੀ ਲੈ ਕੇ, ਅਤੇ ਸਰ ਉਹ ਬੰਦਾ ਇੱਥੇ ਬੱਸ ਵਾਲੇ ਦੇ ਨਾਲ, ਮਤਲਬ ਇਹਨਾਂ ਦਾ ਕੋਈ ਛੋਟਾ ਜਿਹਾ, ਮਤਲਬ ਜਿੱਦਾਂ ਕੋਈ ਨਾਲ ਲੱਗੀ, ਉਹਦੇ ਕਰਕੇ ਇਹਨਾਂ ਦਾ ਸ਼ੀਸ਼ਾ ਟੁੱਟਾ ਸੀ, ਇਹਨਾਂ ਨੇ ਉਹ ਬੱਸ ਵਾਲੇ ਨੂੰ ਖਿਲਾਰਿਆ, ਉਹ ਇੱਕੋ ਟ੍ਰੈਫਿਕ ਦੇਖੋ ਜੀ, ਇੱਕ ਬੱਸ ਇੱਧਰ ਇੱਕ ਇੱਧਰ, ਦੂਜੀ ਬੱਸ ਲਾਈਨ ਬਣਾ ਕੇ ਆ ਰਿਹਾ ਸੀ, ਜਿਹਨੇ ਸ਼ੀਸ਼ਾ ਤੋੜਿਆ ਇਹਨਾਂ ਦਾ, ਉਹਦੇ ਨਾਲ ਗੱਲ ਕਰਨ ਡੇ ਸੀ, ਉਹ ਬੰਦਾ ਦੂਜੇ ਪਾਸੇ ਇੱਕ ਗੱਡੀ 'ਚ ਉਤਰ ਕੇ ਆਇਆ, ਉਹ ਉਹਨੇ ਆਉਂਦਿਆ ਹੀ ਇਹਨਾਂ ਨਾਲ ਗੱਲ ਕਰਦੇ ਕਰਦੇ ਨਾ ਇਸ ਮੁੰਡੇ ਦੇ ਚਪੇੜ ਮਾਰਤੀ ਆ ਜੀ, ਅਤੇ ਚਪੇੜ ਮਾਰਦੇ ਸਾਰੀ ਇੱਥੇ ਹੱਥੋਂ ਪਾਈ ਹੋ ਪਿਆ, ਮੁੜ ਕੇ ਇਹ ਤਾਂ ਵਿਚਾਰੇ ਭੱਜ ਗਏ ਉਹ ਤੋਂ ਡਰਦੇ, ਅਤੇ ਇਹਦੇ ਵਿੱਚ ਸੀਗੇ ਲੇਡੀ ਮੇਰੇ ਖਿਆਲ ਨਾਲ, ਅਤੇ ਉਹ ਥੋੜ੍ਹੀ ਲੈ ਕੇ ਨਾ ਉਹਦੇ ਨਾਲ ਸ਼ੀਸ਼ੇ ਭੰਨਣ ਡਿਆ ਪਿਆ ਜੀ, ਸ਼ੀਸ਼ੇ ਭੰਨ ਕੇ ਅਸੀਂ ਇਹਨੂੰ ਰੋਕਦੇ ਰੋਕਦੇ ਸਰ ਇਹਨੂੰ ਕੱਢਿਆ ਇਹਨਾਂ ਨੂੰ ਬਾਹਰ, ਅਗਰ ਕੋਈ ਇਹਦੇ ਬੱਚੇ ਦਾ ਨੁਕਸਾਨ ਹੋ ਜਾਂਦਾ ਜਾਂ ਕੌਣ ਆ, ਤਾਂ ਇਹੋ ਜਿਹੇ ਇੱਦਾਂ ਦੀ ਗੁੰਡਾਗਰਦੀ ਨੂੰ ਨੱਥ ਪਾਉਣੀ ਚਾਹੀਦੀ। ਹਾਂਜੀ ਸਰ, ਸਰ ਮੁੰਡੇ ਉਹਦੇ ਨਾਲ ਬਾਅਦ 'ਚ 2 ਹੋਰ ਵੀ ਗਏ ਹੈਗੇ ਜਿਹੜੇ ਗੱਡੀ ਦੇ ਵਿੱਚੋਂ ਨਿਕਲ ਕੇ ਆਏ ਆ ਉਹਦੀ, ਸਰ ਪੁਲਿਸ ਤਾਂ ਮੇਰੇ ਖਿਆਲ ਨਾਲ ਕੋਈ 1.5 ਘੰਟੇ ਤੋਂ ਬਾਅਦ ਆਈ ਹੈ ਜੀ, ਜਦੋਂ ਮਤਲਬ ਉਹ ਕਿਤੇ ਮੇਰੇ ਖਿਆਲ ਆ ਕਿ ਇੱਥੋਂ ਮੈਂ ਕਲਾਂ ਨੂੰ ਟੱਪ ਗਿਆ ਹੋਣਾ ਜੀ, ਇਹ ਕਰਕੇ ਅਸੀਂ ਕਹਿੰਦੇ ਹਾਂ ਕਿ ਉਹਨੂੰ ਮਤਲਬ ਅਰੈਸਟ ਕੀਤਾ ਜਾਏ, ਇਹੋ ਜਿਹੀ ਗੁੰਡਾਗਰਦੀ ਨੂੰ ਨੱਥ ਪਾਈ ਹੈ। ਖੁਦਾ ਦੇ ਘਰ ਦੇਰ ਹੈ ਪਰ ਹਨੇਰ ਨਹੀਂ, ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਮੀਆਂ ਫਰੀਦ ਅਲੀ, ਸੰਪਰਕ ਕਰੋ 98-569-31-603, 100% ਗਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ ਪਾਓ, ਪਤੀ ਪਤਨੀ ਵਿੱਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਖੋਇਆ ਪਿਆਰ ਵਾਪਸ ਪਾਉਣਾ, ਤਲਾਕ ਕੇਸ, ਵਿਦੇਸ਼ ਵਿੱਚ ਪੱਕਾ ਹੋਣਾ, ਗੁਪਤ ਵਸ਼ੀਕਰਨ ਕਰਵਾਓ, ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵੱਸ ਵਿੱਚ ਕਰੋ, ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ, ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ।